ਨਸ਼ੇੜੀਆਂ ਨੇ ਘਰ ਵੜ ਕੇ ਲੜਕੀ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਨੇ ਤੇ ਉਸਦੇ ਘਰ ਦੀ ਭੰਨ ਤੋੜ ਵੀ ਕੀਤੀ ਹੈ। ਪੀੜਤ ਕੁੜੀ ਦਾ ਕਹਿਣਾ ਹੈ ਕਿ ਨਸ਼ੇੜੀ ਉਸਦੇ ਭਰਾਵਾਂ ਨੂੰ ਮਾਰਨ ਦੀ ਫਿਰਾਕ ਦੇ ਵਿੱਚ ਆਏ ਸਨ। ਪੀੜਤਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਆਪਣੇ ਪੇਕੇ ਘਰ ਆਈ ਸੀ ਤੇ ਉਸਦੇ ਭਰਾਵਾਂ ਨੇ ਰਸਤਾ ਦੇਣ ਲਈ ਉਹਨਾਂ ਤੋਂ ਸਾਈਡ ਮੰਗੀ, ਜਿਸ ਕਾਰਨ ਉਹ ਉਸਦੇ ਭਰਾ ਨਾਲ ਹੀ ਲੜਨ ਲੱਗ ਪਏ, ਜਿਸ ਤੋਂ ਬਾਅਦ ਸਮਾਂ ਪਾ ਕੇ ਨਸ਼ੇੜੀ ਕਤਲ ਕਰਨ ਦੀ ਫਿਰਾਕ ਦੇ ਵਿੱਚ ਹੀ ਘਰ 'ਚ ਆ ਵੜੇ। ਮੌਕੇ 'ਤੇ ਬਦਮਾਸ਼ਾਂ ਨੂੰ ਲੜਕੀ ਦੇ ਭਰਾ ਨਹੀਂ ਟੱਕਰੇ, ਪਰ ਉਹਨਾਂ ਨੇ ਇਸ ਕੁੜੀ ਨੂੰ ਹੀ ਆਪਣਾ ਸ਼ਿਕਾਰ ਬਣਾ ਲਿਆ ਤੇ ਉਸਦੇ ਨਾਲ ਗਲਤ ਹਰਕਤਾਂ ਵੀ ਕੀਤੀਆਂ। ਜਾਣਕਾਰੀ ਮੁਤਾਬਿਕ ਲੜਕੀ ਦੇ ਕੱਪੜੇ ਵੀ ਫਾੜ ਦਿੱਤੇ ਗਏ ਤੇ ਘਰ 'ਚ ਇੱਟਾਂ ਰੋੜੇ ਵੀ ਚਲਾਏ ਗਏ। ਕਾਫੀ ਮੁਸ਼ਕਤ ਦੇ ਬਾਅਦ ਲੜਕੀ ਨੇ ਆਪਣੀ ਜਾਨ ਬਚਾਈ, ਜਿਸ ਤੋਂ ਬਾਅਦ ਪੀੜਤਾ ਕਈ ਦਿਨ ਹਸਪਤਾਲ ਵੀ ਦਾਖਲ ਰਹੀ। ਪਰ ਹੈਰਾਨੀ ਦੀ ਗੱਲ ਉਸ ਵੇਲੇ ਸਾਹਮਣੇ ਆਈ ਜਦੋਂ ਪੁਲਿਸ ਨੂੰ ਇਸ ਘਟਨਾ ਦੀ ਸਾਰੀ ਜਾਣਕਾਰੀ ਦੇਣ ਦੇ ਬਾਅਦ ਵੀ ਪੁਲਿਸ ਨੇ ਇਸ ਮਾਮਲੇ ਤੇ ਕੋਈ ਕਾਰਵਾਈ ਨਹੀਂ ਕੀਤੀ। ਉਲਟਾ ਨਸ਼ੇੜੀ ਪੀੜਤ ਪਰਿਵਾਰ ਨੂੰ ਧਮਕੀਆਂ ਦੇ ਰਹੇ ਨੇ ਕਿ ਉਹ ਉਹਨਾਂ ਦੇ ਖਿਲਾਫ ਕਾਰਵਾਈ ਕਰਨਗੇ, ਜਿਸ ਦੇ ਚੱਲਦੇ ਹੁਣ ਲੜਕੀ ਵੱਲੋਂ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਇਹ ਮਾਮਲਾ ਅੰਮ੍ਰਿਤਸਰ ਦਿਹਾਤੀ ਅਧੀਨ ਆਉਂਦੇ ਪਿੰਡ ਉਦੋਂ ਮਹਾਲ ਤੋਂ ਸਾਹਮਣੇ ਆਇਆ ਹੈ। ਮੇਰਾ ਨਾਮ ਰਵੀ ਗਿੱਲ ਜੀ, ਭਗਵਾਨ ਵਾਲਮੀਕ ਸਮਾਜ ਤੋਂ ਸੇਵਾਦਾਰ। ਅਸੀਂ ਜੀ ਇੱਥੇ SSP ਸਾਹਿਬ ਨੂੰ ਮਿਲਣ ਆਏ ਹਾਂ ਕਿ ਆਹ ਬੇਟੀ ਜਿਹੜੀ ਆ ਆਪਣੀ ਵਾਲਮੀਕ ਸਮਾਜ ਦੀ ਮਜਬੀਤ ਸਿੰਘ ਦੀ ਲੜਕੀ ਆ, ਇਹ ਆਪਣੇ ਪੇਕੇ ਪਰਿਵਾਰ ਘਰ ਉਦੋਂ ਨੰਗਲ ਗਈ ਸੀਗੀ। ਉੱਥੇ ਕੁਛ ਸ਼ਰਾਰਤੀ ਅੰਸਰ ਸੀ, ਇਹਦੇ ਭਰਾ ਨੇ ਨਾਲ ਲੜੇ ਆ, ਉਹ ਨਸ਼ੇ ਦੇ ਆਦੀ, ਉਹ ਬਾਹਰ ਵਿਚਕਾਰ ਨਸ਼ਾ ਕਰ ਰਹੇ ਸੀਗੇ। ਇਹਨਾਂ ਨੇ ਇਹਦੇ ਭਰਾ ਨੇ ਕਿਹਾ ਕਿ ਬੇਟਾ ਸਾਈਡ 'ਤੇ ਹੋ ਜਾਓ, ਉਹ ਨਹੀਂ ਹੋਏ। ਉਹ ਅੱਗੋਂ ਆ ਕੇ ਉਹ ਆਪਣਾ ਘਰ ਫੰਕਸ਼ਨ ਕਰਕੇ ਵਿਚਾਰੇ ਆ ਗਏ ਅਤੇ ਦੁਬਾਰਾ ਜਦੋਂ ਇਹਦੇ ਘਰ ਆਏ ਆ, ਉਹਨਾਂ ਸਮਝਿਆ ਕਿ ਇਹ ਨਵੇਂ ਘਰ ਹੈ, ਇਹਦੇ ਭਰਾ ਦੇ ਨੂੰ ਜਾਨੋਂ ਮਾਰਨ ਦੀ ਨੀਅਤ ਨਾ ਆਏ। ਪਰ ਅੱਗੇ ਕੁੜੀ ਕਵਲਜੀਤ ਮਿਲੀ, ਇਹਦੇ ਉਹਨਾਂ ਨੇ ਕੱਪੜੇ ਪਾੜੇ, ਇਹਨਾਂ ਨਾਲ ਅਸ਼ਲੀਲ ਹਰਕਤਾਂ ਕੀਤੀਆਂ, ਅੰਦਰ ਦਾਖਲ ਹੋ ਕੇ ਦਾਤਰ ਦੂਤਰ ਇਹ ਟਰੋੜਾ ਚਲਾਇਆ। ਕੁੜੀ ਨੇ ਆਪਣੀ ਮਹਾਂ ਮੁਸ਼ਕਿਲ ਨਾਲ ਜਾਨ ਬਚਾਈ ਆ ਅਤੇ ਜੋ ਕਿ 3 ਦਿਨ ਦਾਖਲ ਵੀ ਰਹੀ ਆ ਬਾਬਾ ਬਕਾਲਾ ਸਾਹਿਬ ਸਿਵਲ ਹੋਸਪਿਟਲ ਦੇ ਵਿੱਚ, ਜਿਹਦੀ MLR ਨਾਲ ਕੱਟੀ ਪਈ ਆ, ਪਰ ਪੁਲਿਸ ਨੇ ਅਜੇ ਤੱਕ ਇਹਦਾ ਕੋਈ ਪਰਚਾ ਦਰਜ ਨਹੀਂ ਕੀਤਾ। ਅੱਜ ਸਾਹਿਬ ਨੂੰ ਰਿਕੁਐਸਟ ਕੀਤੀ ਆ ਕਿ ਇਸ ਲੜਕੀ ਨੂੰ ਇਨਸਾਫ ਦਿੱਤਾ ਜਾਵੇ ਅਤੇ ਪਰਚਾ ਦਰਜ ਕੀਤਾ ਜਾਵੇ। ਕਿੰਨੇ ਬੰਦੇ ਇਹਨਾਂ ਦੇ ਘਰ ਦੇ ਵਿੱਚ ਪਹੁੰਚੇ? 5 ਬੰਦੇ ਘਰ ਦੇ ਵਿੱਚ ਪਹੁੰਚੇ ਆ ਜੀ। ਬਾਈ ਨੇਮ ਦੇ ਰਹੇ ਹਾਂ ਜੀ। ਬਾਈ ਨੇਮ ਆਕਾਸ਼ ਜੇ, ਪੁਤਰੈਣ ਮੁਖਤਾਰ ਸਿੰਘ, ਲਵਪ੍ਰੀਤ ਸਿੰਘ, ਸੁਖਵਿੰਦਰ ਸਿੰਘ, ਸਾਹਿਲਪ੍ਰੀਤ ਸਿੰਘ, ਅਮਰੀਕ ਸਿੰਘ, ਲੱਡੂ, ਇਹ ਜੋ ਕਿ ਲੱਗਦਾ ਜੀ SSP ਸਾਹਿਬ ਨੇ ਵਿਸ਼ਵਾਸ ਦਵਾਇਆ SHO ਸਾਹਿਬ ਨੂੰ, ਬਾਈ ਹੈਂਡ ਮਾਰਕ ਕੀਤਾ ਕਿ ਅਸੀਂ ਪਰਚਾ ਦਰਜ ਕਰਾਂਗੇ ਇਹ ਲੜਕੀ ਵੱਲੋਂ, ਜੋ ਕਿ ਕੱਪੜੇ ਫਾੜੇ ਗਏ ਆ, ਨਹੀਂ ਹੋਏਗਾ ਤੇ ਫਿਰ ਆਪਾਂ ਧਰਨਾ ਲਾਵਾਂਗੇ। ਬਲਜੀਤ ਕੌਰ ਤੇ ਕੌਣ ਨੇ ਬੰਦੇ ਜਿਨ੍ਹਾਂ ਦੇ ਵੱਲੋਂ ਤੁਹਾਡੇ ਭਰਾਵਾਂ ਤੇ ਹਮਲਾ ਕੀਤਾ ਗਿਆ? ਉਹ ਸਾਡੇ ਗਵਾਂਢੀ ਹੈਗੇ। ਅੱਛਾ ਜੀ, ਤੇ ਕੀ ਕਰਨ ਦੇ ਰਸਤੇ ਵਿੱਚ? ਉਹ ਸਿੱਖ ਡੱਬੀ ਦੇ ਨਸ਼ਾ ਪੱਤਾ ਕਰਦੇ ਸੀ ਤੇ ਉਹਨਾਂ ਨੂੰ ਬ੍ਰਦਰਾਂ ਕਿਹਾ ਕਿ ਪਰੇ ਹਟ ਜਾਓ। ਉਹਨਾਂ ਨੇ ਇੰਨੇ ਵਿੱਚ ਹੀ ਆਣ ਕੇ ਤੇ ਸਾਡੇ ਘਰ ਤੇ ਹਮਲਾ ਕੀਤਾ। ਇਹਦੇ ਵਿੱਚ ਉਹਨਾਂ ਨੇ ਅੰਦਰ ਵੇਖਿਆ ਨਹੀਂ ਕਿ ਕੋਈ ਲੇਡੀਜ਼ ਆ। ਉਹਨਾਂ ਨੇ ਆ ਕੇ ਮੇਰੇ ਗਲੋਂ ਫੜਿਆ, ਆਣ ਕੇ ਮੇਰੇ 'ਤੇ ਪਹਿਲਾਂ ਗੁਪਤਾ ਅੰਗਾਂ ਨੂੰ ਹੱਥ ਲਾਉਣ ਦੀ ਕੋਸ਼ਿਸ਼ ਕੀਤੀ, ਇੱਦਾਂ ਮੈਨੂੰ ਮਾਰ ਕੁੱਟ ਵੀ ਕੀਤੀ ਉਹਨਾਂ ਨੇ ਕਿ ਆਪਣੇ ਭਰਾਵਾਂ ਨੂੰ ਮਾਰ, ਭਰਾਵਾਂ ਨੂੰ ਬੁਲਾ, ਅਤੇ ਉਹਨਾਂ ਨੂੰ ਮੇਰੇ ਭਰਾਵਾਂ ਨੂੰ ਮਾਰਨ ਦੀ ਨੀਤ ਵਿੱਚ ਆਏ ਸੀ ਨਸ਼ੇ ਦੇ। ਤੁਹਾਡੇ ਨਾਲ ਕੁੱਟਮਾਰ ਕਰਕੇ ਫਿਰ? ਹਾਂਜੀ, ਫਿਰ ਸਰੀਰੀ ਹਰਕਤਾਂ ਦੇ ਨਾਲ ਨਾਲ ਗੁਪਤੰਗਾਂ ਨੂੰ ਹੱਥ ਲਾਉਣ ਦੀ ਕੋਸ਼ਿਸ਼ ਕੀਤੀ। ਮੇਰੇ ਕੱਪੜੇ ਵੀ ਪਾੜੇ ਹੈਗੇ, ਟੀ ਸ਼ਰਟ ਵਗੈਰਾ। ਤਾਂ ਤੁਹਾਡੇ ਵੱਲੋਂ ਥਾਣੇ ਕਿਹੜੇ ਸ਼ਿਕਾਇਤ ਦਿੱਤੀ ਗਈ ਪਹਿਲਾਂ? ਮੈਂ ਤੇ ਥਾਣੇ। ਅੱਛਾ, ਤੇ ਕੀ ਕਾਰਵਾਈ ਕੀਤੀ ਗਈ ਪੁਲਿਸ ਵੱਲੋਂ? ਕੋਈ ਵੀ ਕਾਰਵਾਈ ਅਜੇ ਤੱਕ ਨਹੀਂ ਹੋਈ। ਉੱਤੋਂ ਸਾਨੂੰ ਧਮਕੀਆਂ ਦਿੰਦੇ ਪਏ ਹੋ ਕਿ ਤੁਹਾਡੇ 'ਤੇ ਅਸੀਂ ਪਰਚਾ ਦਰਜ ਕਰਾਉਣਾ ਤੁਹਾਡੇ ਭਰਾਵਾਂ 'ਤੇ, ਅਤੇ ਸਾਡੇ ਗੈਸਟ ਆਏ ਤਾਂ ਕਹਿੰਦੇ ਤੁਸੀਂ ਮਤਲਬ ਲੋਕ ਸੱਦੇ ਹੈਗੇ ਬਾਹਰੋਂ ਅਤੇ ਤੁਹਾਡੇ 'ਤੇ ਕਾਰਵਾਈ ਕਰਨੀ ਹੈ।
ਹੁਣ ਤੁਸੀਂ ਕਿੱਥੇ ਪਹੁੰਚੇ? ਹੁਣ ਅਸੀਂ ਐਸ ਪੀ ਸਾਹਿਬ ਦੇ ਦਫ਼ਤਰ। ਅਤੇ ਕੀ ਮੰਗ ਆ ਤੁਹਾਡੀ? ਸਾਡੀ ਮੰਗ ਕਿ ਇਹਨਾਂ ਨੂੰ ਇੱਕ ਵਾਰੀ ਸਜ਼ਾ ਦਿੱਤੀ ਜਾਵੇ। ਸਾਡੀ ਅਜੇ ਤੱਕ ਕੋਈ ਵੀ ਸੁਣਵਾਈ ਨਹੀਂ ਹੋਈ ਥਾਣੇ ਵਿੱਚ। ਮਨ ਦੇ ਜੁਰਮਾਂ ਤਹਿਤ ਮੁਕੱਦਮਾ ਦਰਜ ਹੋਇਆ।